ਜਸਟ ਫਲਰੀਆਂ ਬਟ ਜੇ ਇੱਦਾਂ ਦਾ ਹਾਲ ਰਿਹਾ ਰਾਤ ਨੂੰ ਇੱਥੇ ਬੁਰਾ ਹਾਲ ਹੋਊਗਾ ਆਉਂਦੇ ਹੋਏ ਸੋ ਕਿਉਂਕਿ ਆਪਾਂ ਨਾਈਟ ਸਟੇ ਨਹੀਂ ਕਰਨੀ ਯਾਰ ਅੱਜ ਬਹੁਤ ਹੀ ਵਧੀਆ ਟਾਈਮ ਤੇ ਆਏ ਹਾਂ ਯਾਰ ਇੰਨਾ ਸੋਹਣਾ ਵੈਦਰ ਹੋਇਆ ਇੰਨਾ ਮਜ਼ਾ ਆ ਰਿਹਾ ਡਰਾਈਵ ਕਰਨ ਚੜ੍ਹਨ ਔਰ ਲੈਫਟ ਤੇ ਵਿਊ ਚੈੱਕ ਕਰੋ ਇਹ ਦੇਖੋ ਯੇ ਅਬ ਘਰ ਜਾਣੇ ਵਾਲਾ ਵਿਊ ਹੈ ਬਟ ਹਮ ਘਰ ਕੋ ਨਹੀਂ ਜਾ ਰਹੇ ਗਾਇਸ ਹਮ ਵਾਪਸ ਉਧਰ ਕੋ ਜਾਏਂਗੇ ਪਿੱਛੇ ਕੋ ਸਨੀ ਨੇ ਮੈਂ ਕੀ ਕੰਮ ਮੈਂ ਤੇ ਕੋਈ ਕੰਮ ਖੋਲ ਲਿਆ ਗਾਇਸ ਉਹ ਦੇਖੋ ਸਨੀ ਕਲੌਨ ਲਿਖਿਆ ਉਧਰ ਨਹੀਂ ਸਨੀ ਚਿੱਬਾ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ आप जा रहे हैं विसलर विसलर हैगा कोई लाइट शो वो देखने जा रहे हैं नाम सानू पता नहीं है साहिल भाई नु पता वो थारी पूछ के दस दंगे नया की नाम है पता कुछ हालेलुया कोई नहीं अजे पता नहीं फिलहाल पूछ के दस दे आ चलो फिर रेडी हो जाइए निकलते हैं फिर थोड़े टाइम तक है ना हिज बाय कर दो बाय 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 हां जी लो जी अपन लगे हैं तुरन अजे आ रहे भाजी होनी अपन वेट करते सीगे रास्ते स्नो मिल गई फिर तंग होवांगे सो इसे रीजन ली आपा लेके चले थानू घंट जो एक चीज दिखावांगे अज दा लास्ट डे आ मतलब लई आ ही टिकटा वगैरह लईया मैनू ना भुल गया एक करी मैं पूछ के थानू जरूर दसूंगा ते चलो फिर तुरिए इत्थों हां जी हेजल दे भी कार्टून बंद हो गए यार ओहो हां जी उत्ती तो कॉफी मांगनी कॉफी पीनी ਚੇਅਰਸ ਵੀ ਅੱਜ ਅਸੀਂ ਮਹਿੰਗੀ ਮਹਿੰਗੀ ਗੱਲਬਾਤ ਆ ਸਾਡੀ ਅਸੀਂ ਪੀ ਰਹੇ ਆ ਸਟਾਰਬਕਸ ਵਾਲੀ ਕਾਫੀ ਸਾਡੀ ਕ੍ਰਿਸਮਸ ਵਾਈਬ ਅਸੀਂ ਸਾਡੀ ਕ੍ਰਿਸਮਸ ਵਾਲੀ ਪਾਰਟੀ ਚੱਲ ਰਹੀ ਆ ਮੈਂ ਪਾਇਆ ਵੀ ਰੈੱਡ ਆ ਮੈਂ ਤਾਂ ਹੁਣ ਧਿਆਨ ਮਾਰਿਆ ਹੈਨਾ ਇਹਨੂੰ ਕੀ ਹੋਇਆ ਇਹਨੂੰ ਆਪਣੀ ਬੂਜੀ ਨਾਲ ਮੈਚਿੰਗ ਕੀਤੀ ਉਹਨੂੰ ਕਾਫੀ ਦੀ ਪਈ ਆ ਚਲੋ ਅਸੀਂ ਤੁਰੀਏ ਫਿਰ ਇੱਥੋਂ ਨਿਕਲੀਏ ਯਾਰ ਵਾਲਾ ਹਾਈਵੇ ਲਵਾਂਗੇ ਆਪਾਂ ਹਾਈਵੇ ਬੰਦ ਤੇ ਚੜ ਚੁੱਕੇ ਆ ਕਿੱਦਾਂ ਕੀ ਕਹਿੰਦੇ ਆ इस वेले उपर स्नो होनी उपर अपन मिलगी तो सही मेनु लगता डोला जानी होना टाइम हो गया कोई अगे का व्यू चेक करो किन्ना घंट आ ਆਪਾਂ ਚੱਲੇ ਉਹ ਵਾਲੇ ਬੱਦਲਾਂ ਦੇ ਵਿੱਚ ਦੈਟਸ ਵਾਈ ਨੋਟ ਸਨੋਇੰਗ ਇਨ ਸਰੀ ਲੋ ਮਿੱਤਰ ਆਪਾਂ ਆ ਗਏ ਆ ਟਨਲ ਦੇ ਵਿੱਚ ਯਾਰ ਕਿੰਨੀ ਘੈਂਟ ਆ ਇਹ ਮੇਰੇ ਖਿਆਲ ਮੈਂ ਕਿੰਨੀ ਰੇਸ ਦਿੱਤੀ ਇਹ ਸਾਡੇ ਮੂੰਹ ਤੇ ਹਰਾ ਮਾਰੀ ਰਿਹਾ ਸੀ ਤਾਂ
ਕੋਈ ਨੀ ਆਪਾਂ ਵੀ ਆਪਣੀ ਗੱਡੀ ਨੂੰ ਐਗਜ਼ੌਸਟ ਕਰ ਮੈਂ ਆਪਣੇ ਸਾਈਕਲ ਨੂੰ ਪਵਾਉਣਾ ਐਗਜ਼ੌਸਟ ਇਹਨਾਂ ਟਾਈਮ ਕੱਢ ਕੇ ਹੇਜ਼ਲ ਦੀ ਹੇਜ਼ਲ ਪਿੰਕ ਸਾਈਕਲ ਆਹ ਹੇਜ਼ਲ ਦੀ ਪਿੰਕ ਸਾਈਕਲ ਨੂੰ ਪਵਾਉਣਾ ਓ ਯਾਰ ਓ ਵਾਓ ਕਿਹੜਾ ਵਿਊ ਜੋਤੀ ਲੈਫਟ ਦੇਖ ਲੈਫਟ ਰਾਈਟ ਦੇਖੀ ਜਾ ਹੁਣ ਦੇਖੀ ਜਾ ਹੁਣ ਗਾਣੇ ਭੁੱਲ ਜਾ ਬਈ ਅੱਗੇ ਦਾ ਵਿਊ ਚੈੱਕ ਕਰੋ ਜੋਤੀ ਅੱਗੇ ਦੇਖ ਓ ਮਾਈ ਗੋਡ ਕਿੰਨਾ ਘੈਂਟ ਮੌਸਮ ਹੋਇਆ ਯਾਰ साडी कुड़ी कहिंदी गाने नहीं बंद होने चाहिए यार वो पहाड़ों दे कप्पे देखो उपर स्नो पै रही है पहाड़ों दे एक्सीडेंट आया लो जी रोड ही बंद आ दूजी साइड दा नहीं रोड बंद आ कि ट्रैफिक होर कितो डिवर्ट कीता आ ਮੇਬੀ ਟ੍ਰੈਫਿਕ ਨੂੰ ਕਿਤੇ ਹੋਰ ਪਾਸੇ ਡਿਵਰਟ ਕੀਤਾ ਓ ਤੁਹਾਡੀ ਇੱਥੇ ਹੀ ਪ੍ਰੋਬਲਮ ਆਲਵੇਜ਼ ਯਾਰ ਆ ਹਾਈਵੇ ਤੇ ਅਸੀਂ ਯਾਦ ਆ ਜਦੋਂ ਹੀ ਉਹ ਵਾਲੀ ਟਰੈਕ ਕਰਕੇ ਆਏ ਸੀਗੇ ਕਿਹੜੀ ਸੀ ਉਹ ਤੋਂ ਪਹਿਲਾਂ ਵੀ ਜਦੋਂ ਵੀ ਗਲਾਡੀ ਆ ਰਹੀ ਉਦੋਂ ਵੀ ਅਸੀਂ ਇੱਥੇ ਸਟਕ ਹੋਏ ਸੀ ਉਹ ਤੋਂ ਪਿਛਲੀ ਵਾਰੀ ਵੀ ਗਏ ਉਦੋਂ ਵੀ ਇੱਥੇ ਸਟਕ ਹੋਏ ਸੀਗੇ ਅਸਲ ਚ ਉਹਨਾਂ ਨੇ ਸਾਰਾ ਟ੍ਰੈਫਿਕ ਹੈ ਨਾ ਉਹ ਥੱਲੇ ਡਿਵਰਟ ਕੀਤਾ ਹੁਣ ਮੈਨੂੰ ਨਹੀਂ ਪਤਾ ਕਿੱਧਰੋਂ ਨਿਕਲਦਾ ਕਿੱਧਰੋਂ ਨਹੀਂ ਓਹੋ ਸ਼ਿਫਟਿੰਗ ਟੂ ਵਿੰਟਰ ਬਈ ਲਾਈਨ ਦੇਖੋ ਗੱਡੀ ਲੱਗੀ ਯਾਰ ਕੋਲ ਬਈ ਇੰਨਾ ਜ਼ਿਆਦਾ ਟ੍ਰੈਫਿਕ ਲੱਗਾ ਹੈ ਨਾ ਹਜੇ ਤੱਕ ਵੀ ਟ੍ਰੈਫਿਕ ਨਹੀਂ ਮੁੱਕਿਆ ਮੁੱਕਿਆ ਲੈਫਟ ਦੇ ਦੇਖ ਜੋ ਕਿੰਨਾ ਵਧੀਆ ਹੈ ਲੋ ਜੀ ਵਿਊ ਚੈੱਕ ਕਰੋ ਇੱਥੇ ਉੱਪਰ ਵਿਊ ਪੁਆਇੰਟ ਵੀ ਆਪਾਂ ਇੱਥੇ ਆਏ ਸੀਗੇ ਇੱਕ ਵਾਰੀ ਯਾਰ ਆਹ ਘਰ ਕਿੰਨੇ ਵਧੀਆ ਜਗ੍ਹਾ ਤੇ ਆ ਮੈਂ ਕਹਿੰਦਾ ਬ੍ਰੇਕਾਂ ਚੈੱਕ ਕਰ ਲਈ लेफ्ट ते दिखिया कि नहीं समुंदर दे कंडे कंडे तुरे आ क्या मजा आ रहा गड्डी चलाउन दा यार सच्ची बहुत सोहनी ड्राइव आ ये पहाड़ों के बीच में से रोड काट दिया oh my god यार आज बहुत ही बढ़िया टाइम ते आए हैं यार इतना सोना वेदर होया है इतना मजा आ रहा है ड्राइव करन चढ़ा और लेफ्ट ते व्यू चेक करो ताडी नु oh wow ਅਨਿਕਾ ਯਾ ਆਈਲੈਂਡ ਕਿੰਨਾ ਵਧੀਆ ਆ ਸਰੀ ਟੂ ਵਿਸਲਰ ਪਹਿਲੀ ਵਾਰੀ ਆਹ ਟਾਈਮ ਅਸੀਂ ਚੱਲੇ ਹਾਂ ਨਹੀਂ ਤਾਂ ਅੱਜ ਤੱਕ ਕਦੀ ਗਏ ਨਹੀਂ ਆਹ ਟਾਈਮ 'ਚ ਹੈ ਨਾ ਆਪਾਂ ਸਮਰ 'ਚ ਹੀ ਆਏ ਹਾਂ ਦੋ ਤਿੰਨ ਵਾਰੀ ਜੇ ਆਏ ਹਾਂ ਤਾਂ ਲਓ ਮਿੱਤਰੋ ਸਕਾਮਿਸ਼ ਰਹਿ ਗਿਆ ਇੱਥੋਂ 26 ਕਿਲੋਮੀਟਰ ਮਾਈਲਸ ਕਹਿਣ ਲੱਗਾ ਸੀ 26 ਕਿਲੋਮੀਟਰ ਰਹਿ ਗਏ ਆ ਮਾਈਲਸ ਦਾ ਯਾਰ ਭੁਲੇਖਾ ਪੈ ਜਾਂਦਾ ਬਹੁਤ ਜ਼ਿਆਦਾ ਮੀਂਹ ਸਾਨੂੰ ਬਿਨਾ ਨੋਨ ਸਟਾਪ ਤੋਂ ਬਾਰਿਸ਼ ਮਿਲ ਰਹੀ ਆਪਾਂ ਨੂੰ ਕਿਆ ਡਰਾਈਵ ਕਰਨ ਦਾ ਮਜ਼ਾ ਆ ਰਿਹਾ ਜੋ ਤੁਹਾਡਾ ਰਿਵਿਊ ਕਿੱਦਾਂ ਦਾ ਕਿੱਦਾਂ ਦਾ ਲੱਗਾ ਤੁਹਾਨੂੰ ਵਧੀਆ ਤੇ ਕੰਮ ਵੀ ਕਰਨਾ ਦਿਹਾੜੀਆਂ ਵੀ ਲਾਉਣੀਆਂ ਘੁੰਮ ਲਓ ਯਾਰ ਅੱਗੇ ਤਰ੍ਹਾਂ ਸਿੱਧਾ ਰੋਡ ਸਮੁੰਦਰ ਚੱਲ ਜਾਣਾ ਉਹ ਅੱਛਾ ਪੁਲਿਸ ਦੀ ਉਹ ਗਾਣੇ 'ਚ ਪੁਲਿਸ ਦੀ ਆਵਾਜ਼ ਆਈ ਮੈਨੂੰ ਲੱਗਾ ਪਿੱਛੋਂ ਪੁਲਿਸ ਵਾਲਾ ਆ ਗਿਆ ਬਈ ਡਰਾਈਵ ਚੈੱਕ ਕਰੋ ਕਿੰਨੀ ਘੈਂਟ ਆ ਸੱਚੀ ਮਜ਼ਾ ਆ ਰਿਹਾ ਗੱਡੀ ਚਲਾਉਣ ਦਾ ਓ ਮਾਈ ਗੋਡ ਆ ਮੋਰੇ ਵੀ ਆਪਣੀ ਗੱਡੀ ਜਾ ਰਹੀ ਜਿਹੜੀ ਨਹੀਂ ਜਾ ਰਹੀ ਆ ਦੋ ਗੱਡੀਆਂ ਆ ਸਾਡੀਆਂ ਜਾ ਰਹੀਆਂ
ਆਪਾਂ ਰੁਕਾਂਗੇ ਜਾ ਕੇ ਸਕਾਮਿਸ਼ ਰੁਕਦੇ ਹਾਂ ਨਾਲੇ ਗੱਡੀ 'ਚ ਗੈਸ ਪਵਾ ਲਈਏ ਪੈਟਰੋਲ ਪਵਾ ਲਈਏ ਗੱਡੀ ਦੇ ਵਿੱਚ ਨਾਲੇ ਆਪਣੇ ਅੰਦਰ ਵੀ ਥੋੜ੍ਹੀ ਜਿਹੀ ਪਾ ਲਈਏ ਖਾਣਾ ਪੀਣਾ ਮੇਰਾ ਤਾਂ ਸਿਰ ਘੁੰਮਣ ਲੱਗ ਪਿਆ ਗੇੜੇ ਦੇ ਓ ਯਾਰ ਸੱਚੀ ਮਜ਼ਾ ਆਇਆ ਪਰ ਬਹੁਤ ਘੈਂਟ ਨਜ਼ਾਰਾ ਆ ਰਿਹਾ ਗੱਡੀ ਚਲਾਉਣ ਦੇ ਵਿੱਚ ਜੇ ਇੰਨਾ ਟਰੱਕ ਚਲਾ ਲਓ ਨਾ ਗੱਡੀ ਤਾਂ ਖੜਾਉਣਾ ਲੱਗਦੀ ਓਦਾਂ ਸੱਚੀ ਦੱਸਾਂਗਾ ਯਾਰ ਆ ਪਹਾੜ ਦੇਖੋ ਕਿੱਦਾਂ ਕੱਟੇ ਆ ਉੱਤੋਂ ਪਾਣੀ ਇੱਥੇ ਵੈਸੇ ਸਨੋਅ ਹੁੰਦੀ ਆ ਦਿਨਾਂ 'ਚ ਪਰ ਹੈ ਹੀ ਨਹੀਂ ਕੁਛ ਵੀ ਪਹੁੰਚ ਕੇ ਇੱਥੇ ਗੰਡੋਲਾ ਆ ਗਿਆ ਆ ਪਰ ਆਪਾਂ ਜਾ ਨਹੀਂ ਸਕਦੇ ਯਾਰ ਅੱਜ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਤੇ ਉੱਪਰ ਵਿਊ ਨਹੀਂ ਹੋਣਾ ਸੋਹਣਾ ਵਿਊ ਮਤਲਬ ਆਪਾਂ ਬੱਦਲਾਂ 'ਚ ਵੜ ਜਾਣਾ ਉੱਦਾਂ ਵਿਊ ਉਹ ਵੀ ਘੈਂਟ ਹੋਣਾ ਆ ਕਿਉਂਕਿ ਥੱਲੇ ਉਹ ਚੱਲਦਾ ਆ ਉੱਪਰ ਜਾਂਦਾ ਆ ਪਰ ਦੇਖਦੇ ਹਾਂ ਸਾਡੀ ਆ ਮੋਹਰਲੇ ਗਾਈਡੈਂਸ ਸਾਡੇ ਮੋਹਰੇ 'ਚ ਆ ਰਹੇ ਆ ਜਿੱਥੇ ਸਾਨੂੰ ਲੈ ਕੇ ਜਾਊਗੇ ਇਹੀ ਚੱਲ ਜਾਣਾ ਉੱਥੇ ਹੀ ਫਿਰ ਆ ਇਸੇ ਲੇਕ ਦਾ ਵਿਊ ਹੁੰਦਾ ਆ ਉਹ ਵਾਲਾ ਹਾਂ ਉਹੀ ਆ ਗਏ ਆਪਾਂ ਉੱਥੇ ਆ ਗਏ ਹਾਂ ਪਰ ਬਹੁਤ ਹੀ ਨਜ਼ਾਰਾ ਆ ਰਿਹਾ ਹੈ ਗਾਈ ਯਹਾਂ ਪੇ ਨਿੱਕਾ ਸਾ ਕੈਫੇ ਵੀ ਹੈ ਯਹਾਂ ਸੇ ਹਮ ਬਰਗਰ ਲੈ ਸਕਤੇ ਹੈ ਬਾਥਰੂਮ ਯੂਜ਼ ਕਰ ਸਕਤੇ ਹੈ ਔਰ ਕੀ ਸੀ ਕਾਫੀ ਲੈ ਸਕਤੇ ਹੈ ਮੇਰੇ ਖਿਆਲ ਨਾਲ ਮਿਊਜ਼ੀਅਮ ਆ ਗਿਆ ਗੰਡੋਲਾ ਨਹੀਂ ਅੱਗੇ ਆ ਜੇ ਰੇਡੀਅਮ ਹਾਂ ਮਿਊਜ਼ੀਅਮ ਆ ਗਿਆ ਉਹ ਕਿੱਡੀ ਸਾਰੀ ਕਰੇਨ ਖੜੀ ਸੀਗੀ ਗਾਇਸ ਬਹੁਤ ਹੀ ਮਜ਼ਾ ਆ ਰਿਹਾ ਹੈ ਅੱਜ ਸੱਚੀ ਮੈਂ ਮਜ਼ੇ ਕਰ ਰਹੇ ਹਾਂ ਆਪਾਂ ਓ ਮਾਈ ਗੋਡ ਇਹ ਵਿਊ ਚੈੱਕ ਕਰੋ ਕਿਤਨਾ ਅੱਛਾ ਹੈ ਬਾਈ ਬੋਲੋ ਜੀ ਟੀ ਆਈ ਜੋਤੀ ਕਹਿੰਦੀ ਹੁਣ ਇੰਨਾ ਵਿਊ ਮੈਂ ਦੇਖ ਲਿਆ ਅੱਜ ਆਈ ਇਹਨੂੰ ਵਿਊ ਦਿਖਾ ਰਹੇ ਕਿ ਦੇਖ ਲਾ ਕਹਿੰਦੀ ਮੈਂ ਦਿਨ ਚੱਕਰ ਆਉਣ ਲੱਗ ਪਿਆ ਕਹਿੰਦੀ ਗੋਲ ਗੋਲ ਘੁੰਮ ਕੇ ਮੈਨੂੰ ਆ ਲੈਫਟ ਤੇ ਲੇਕ ਆ ਜਿੱਦਾਂ ਆਪਾਂ ਪਹਿਲੀ ਵਾਰੀ ਨਹੀਂ ਜਦੋਂ ਆਏ ਸੀ ਆਹ ਲੇਕ 'ਚ ਵੜ ਗਏ ਸੀਗੇ ਅਸੀਂ ਓ ਮਾਈ ਗੋਡ ਗਾਈਸ ਕਿਆ ਵਿਊ ਹੈ ਯਾਰ ਕਿਆ ਮਜ਼ਾ ਹੈ ਮੈਂ ਭਰ ਨਾ ਟਰੱਕ 'ਚ ਤੋਂ ਵਧੀਆ ਵਧੀਆ ਵਿਊ ਦੇ ਤਾਂ ਭਰ ਆਹ ਮਜ਼ਾ ਨਹੀਂ ਆਉਂਦਾ ਉਹ ਉੱਥੇ ਫਿਰ ਕੰਮ ਵਾਲੀ ਫੀਲਿੰਗ ਆਉਂਦੀ ਕਿ ਕੰਮ 'ਤੇ ਆਏ ਆ ਇਹ ਤੋਂ ਜ਼ਿਆਦਾ ਵਧੀਆ ਵਿਊ ਦੇਖਦੇ ਆ ਪਰ ਉਹ ਮਜ਼ਾ ਨਹੀਂ ਕਰ ਹੁੰਦਾ ਗਾਇਸ ਮੇ ਵੀ ਆਪਣਾ ਉਹ ਸਾਹਮਣੇ ਆ ਗਿਆ ਸਕੋਮਿਸ਼ ਉਹ ਪੱਥਰ ਦੇਖੋ ਕਿੰਨਾ ਵਧੀਆ ਲੱਗ ਰਿਹਾ ਉੱਪਰ ਪਤਾ ਪਹਾੜ ਵਾਲਾ ਪੱਥਰ ਵਾਲਾ ਪਹਾੜ ਤੁਸੀਂ ਹੱਸਦੇ ਕਿ ਹੋ ਉਹ ਪਹਾੜ ਆ ਪਹਾੜ ਤੇ ਪੱਥਰ ਆ ਹੁਣ ਪੱਥਰ ਨਾਲ ਪਹਾੜ ਬਣੇ ਹੋਏ ਆ ਸੋ ਤਾਂ ਹੁਣ ਤੁਸੀਂ ਮਲਟੀਪਲਾਈ ਮਾਈਨਸ ਪਲੱਸ ਕਰ ਸਕਦੇ ਆ ਜੋ ਵੀ ਕਰਨਾ ਚਾਹੁੰਦੇ ਆ ਜਿੰਨੀ ਕੁ ਮੈਨੂੰ ਮੈਥ ਆਉਂਦੀ ਹੈ ਉਨੀ ਕੁ ਮੈਂ ਸਾਰੀ ਸਮਝਾਤੀ ਤੁਹਾਨੂੰ ਹਾਂ ਓ ਮਾਈ ਗੋਡ ਗਾਇਸ ਆ ਕੇ ਵਿਊ ਚੈੱਕ ਕਰੋ ਕਿਤਨਾ ਅੱਛਾ ਹੈ ਮੈਂ ਇੱਦਾਂ ਦੀ ਗੱਡੀ ਲੈਣੀ ਆ ਹੁਣ ਕੀਆ ਦੀ ਸੋਲ ਫਿਰ ਉਹ 'ਚ ਮੇਰੀ ਸੋਲ ਮੱਚ ਜਾਣੀ ਆ ਓ ਸੋਲ ਨੋ ਪਲਾਨ ਕੈਂਸਲ ਇੱਦਾਂ ਦੀ ਲੈਣੀ ਆ ਰਾਈਡ ਤੇ ਗੱਡੀ ਦੇ ਮੇਰੀਆਂ ਲੱਤਾਂ ਆ ਜੂਗੀਆਂ ਇੱਥੇ ਯਾਰ ਡੋਰ ਲੰਬਾ ਸੀ ਉਹਦਾ ਹਾਂ ਹੁਣ ਆਉਣਾ ਗੰਡੋਲਾ ਲੈਕਸਸ ਗਾਇਸ ਕਿਆ ਡਰਾਈਵ ਦਾ ਮਜ਼ਾ ਆ ਰਿਹਾ ਕਾਸ਼ ਇੱਥੇ ਸਪੋਰਟਸ ਬਾਈਕ ਹੁੰਦੀ ਵਾਹ 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 ਮਜ਼ਾ ਆ ਰਿਹਾ ਕਿ ਨਹੀਂ ਬਾਈ ਹੇਜ਼ਲ ਤਾਂ ਆਰਾਮ ਨਾਲ ਸੁੱਤੀ ਆ ਬਾਕੀਆਂ ਦਾ ਆਪਾਂ ਨੂੰ ਪਤਾ ਨਹੀਂ ਹੁਣ ਕੀ ਚੱਲ ਰਿਹਾ ਕੀ ਨਹੀਂ ਚੱਲਦਾ ਪਿਆ ਪੇਂਟਿੰਗਾਂ ਦੇਖੋ ਗਾਰਡਰ ਬਣਾਈਆਂ ਸਨੀ ਚੀਬਾ
ਉਹ ਯਾਰ ਉਹ ਬਣਿਆ ਟ੍ਰਾਂਸਫਾਰਮਰ ਮੈਕਸੀਕਨ ਕੈਂਟੀਨਾ ਨਿਊ ਮੈਨੂ ਬੰਦੇ ਕਿੱਥੇ ਬਲਾ ਹਾਂਜੀ ਮਿੱਤਰੋ ਸਨੀ ਚਿੱਬਾ ਦਾ ਬੰਦ ਆ ਇੱਥੋਂ ਚਿਕਨ ਖਵਾਉਣਾ ਸੀ ਸਾਨੂੰ ਅੱਜ ਮੈਨੂੰ ਇਹ ਪੁੱਛਿਆ ਨੀ ਇਹਨਾਂ ਨੇ ਨਾ ਮੈਂ ਦੱਸਣਾ ਭੁੱਲ ਗਿਆ ਕਿ ਮੈਂ ਬੰਦ ਕੀਤਾ ਅੱਜ ਹੁਣ ਕ੍ਰਿਸਮਸ ਦੀ ਮੈਂ ਤਾਂ ਛੁੱਟੀਆਂ ਦਿੱਤੀਆਂ ਯਾਰ ਆਪਣੇ ਇੰਪਲੋਈਜ਼ ਨੂੰ ਮੈਂ ਕਿਹਾ ਨਹੀਂ ਤੁਸੀਂ ਕੰਮ ਨਾ ਕਰੋ ਕ੍ਰਿਸਮਸ ਇੰਜੋਏ ਕਰੋ ਤੇ ਇਹ ਮੈਨੂੰ ਪੁੱਛਣਾ ਭੁੱਲ ਗਏ ਚਲੋ ਕੋਈ ਨੀ ਚਲੋ ਫਿਰ ਹੁਣ ਅਭੀ ਅਸੀਂ ਹੁਣ ਜਾ ਕੇ ਇੱਥੇ ਯਾਰ ਭੁੱਖ ਤਾਂ ਬਹੁਤ ਲੱਗੀ ਆ ਪਰ ਖਾਣਾ ਨੀ ਆ ਇੱਥੇ ਕੁਛ ਖਾਵਾਂਗੇ ਹੁਣ ਆਪਾਂ ਜਾ ਕੇ ਵਿਸਲਰ ਚਲੋ ਫਿਰ ਡੀਜ਼ਲ ਡੀਜ਼ਲ ਕਹਿ ਤਾਂ ਪੈਟਰੋਲ ਪਾ ਲਈਏ ਕਿ ਡੀਜ਼ਲ ਕਹਿਣ ਦੀ ਆਦਤ ਪਈ ਆ ਨਾ ਸਾਨੂੰ ਗੱਲ ਚੈੱਕ ਕਰੋ ਪਿੱਛੇ ਕਿੰਨਾ ਵਧੀਆ ਪਹਾੜ ਬਣਿਆ ਆ ਤੁਹਾਨੂੰ ਦਿਖਾਉਂਦਾ ਦੂਜੀ ਤਰ੍ਹਾਂ ਕੈਮਰਾ ਕਰਕੇ ਉਹ ਚੈੱਕ ਕਰੋ ਇੱਥੇ ਕਲਾਈਮਿੰਗ ਆ ਮੈਨੂੰ ਹੁਣ ਹੀ ਪਤਾ ਲੱਗੀ ਕਿ ਮਤਲਬ ਟਰੈਕਿੰਗ ਆ ਇੱਥੇ ਉੱਪਰ ਤੁਸੀਂ ਟਰੈਕ ਕਰਕੇ ਜਾ ਸਕਦੇ ਹੋ ਰੌਕ ਕਲਾਈਮਿੰਗ ਵੀ ਇੱਥੇ ਦੂਸਰੀ ਵੀ ਆ ਉਹ ਉੱਪਰ ਦੇਖੋ ਉੱਥੇ ਸਨੋਅ ਪਈ ਆ ਯਾਰ ਆਪਣੀ ਨਾ ਗੱਡੀ ਥੋੜ੍ਹਾ ਜਿਹਾ ਉਹ ਇਹਦਾ ਕੱਲ੍ਹ ਹੀ ਹੈ ਨਾ ਇਹਦੇ ਟਾਇਰ ਚੇਂਜ ਕਰਾਏ ਆ ਇਹਨੂੰ ਵਿੰਟਰ ਟਾਇਰ ਪਵਾਏ ਆ ਅਤੇ ਗੱਡੀ ਥੋੜ੍ਹੀ ਜਿਹੀ ਹੈ ਨਾ ਬਾਊਲਿੰਗ ਕਰ ਰਹੀ ਆ ਹੁਣ ਇੱਕ ਵਾਰੀ ਇੱਥੇ ਆਹ ਹੈਗਾ ਆ ਹਵਾ ਵਾਲਾ ਇੱਥੋਂ ਚੈੱਕ ਕਰ ਲੈਂਦੇ ਹਾਂ ਕਰਾ ਕਰਕੇ ਦੇਖ ਲੈਂਦੇ ਹਾਂ ਜੇ ਤਾਂ ਹਵਾ ਹੁਵਾ ਘੱਟ ਵੱਧ ਹੋਈ ਫਿਰ ਤਾਂ ਵੀ ਰੌਲਾ ਪਾ ਸਕਦੀ ਹੈ ਜੇ ਨਹੀਂ ਹੋਈ ਉਹ ਟਾਇਰ ਇਨਫਲੇਟਰ ਦੂਜਾ ਆ ਚਲੋ ਮੈਂ ਦੇਖਦਾ ਇੱਕ ਵਾਰੀ ਕਰਕੇ ਹੇਜ਼ਲ ਹੇਜ਼ਲ ਉੱਠ ਗਈ ਹੇਜ਼ਲ ਹੈਲੋ ਕਰ ਦਿਓ ਬਾਹਰ ਦੇਖ ਦੀ ਲਾਈਟ ਤੋਂ ਹਾਂਜੀ ਕਿੱਦਾਂ ਨੀਂਦ ਨਿਕਾਲ ਲਈ ਤੇ ਹੈਂ ਅਜੇ ਇਹੀ ਬੁਲਾਉਣਾ ਨਹੀਂ ਚਲੋ ਕਰੀ ਕਰਕੇ ਦੇਖ ਲੈਂਦੇ ਮੈਂ ਕੈਮਰਾ ਹੀ ਨਹੀਂ ਰਿਕਾਰਡ ਲਾਇਆ ਹਾਂਜੀ ਚਿੱਬਾ ਦਾ ਆਪਾਂ ਬੰਦ ਕੀਤਾ ਆ ਹੁਣ ਆਪਾਂ ਜਾ ਰਹੇ ਹਾਂ ਸ਼ੈਨਨ ਫਾਲ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਜਾ ਰਹੇ ਇੱਥੋਂ ਨਾਲ ਹੀ ਆ ਉਹ ਬਾਈ ਮੋਹਰੇ ਜਾਂਦਾ ਪਿਆ ਆ ਇਹ ਦੇਖੋ ਇਹ ਅਬ ਘਰ ਜਾਣੇ ਵਾਲਾ ਵਿਊ ਹੈ ਬਟ ਹਮ ਘਰ ਕੋ ਨਹੀਂ ਜਾ ਰਹੇ ਗਾਇਸ ਹਮ ਵਾਪਸ ਉਧਰ ਕੋ ਜਾਏਂਗੇ ਪੀਛੇ ਕੋ ਆਏਂਗੇ ਪੀਛੇ ਦੇਖੋ ਪੀਛੇ ਯਹਾਂ ਸੇ ਹਮ ਲੇਂਗੇ ਨਹੀਂ ਸੱਜੇ ਨਹੀਂ ਅੱਗੇ ਆ ਜੇ ਯਾਰ ਯਾਰ ਇਹਦੇ ਉੱਤੇ ਟਰੈਕਿੰਗ ਆ ਮੈਂ ਕਰਨੀ ਚਾਹੁੰਦਾ ਹਾਂਜੀ ਇੱਥੇ ਰੌਕ ਕਲਾਈਮਿੰਗ ਵੀ ਆ ਰੌਕ ਕਲਾਈਮਿੰਗ ਜਿਹੜੀ ਇੱਦਾਂ ਹੀ ਪਹਾੜ ਸਿੱਧਾ ਚੜ੍ਹਨਾ ਹੁੰਦਾ ਜੇ ਡੇਗ ਜਾਓ ਤਾਂ ਪਟਾਕਾ ਹੀ ਬੋਲਦਾ ਹੁੰਦਾ ਠੱਕ ਕਰਕੇ ਆਵਾਜ਼ ਆਉਂਦੀ ਹੁੰਦੀ ਆ ਬਾਈ ਜੀ ਕੀ ਹੋਇਆ ਬਾਈ ਜੀ ਕਿਆ ਕਰ ਰਹੇ ਹੋ ਭਈਆ ਜੀ ਕਿਉਂ ਬ੍ਰੇਕ ਲਗਾਈ ਐਸੇ ਭਈਆ ਜੀ ਅਭੀ ਯੇ ਸ਼ੈਨਨ ਭਈਆ ਜੀ ਸੇ ਗਲਤੀ ਸੇ ਬ੍ਰੇਕ ਲੱਗੀ ਔਰ ਮੈਂ ਡਰ ਗਿਆ ਥਾ ਥੋੜਾ ਸਾ ਮੇਰੇ ਕੋ ਵੀ ਦੇ ਦੋ ਚਿਪਸ ਚਿਪਸ ਓ ਮਾਈ ਗੋਡ ਗਾਇਸ ਲੈਫਟ ਪੇ ਦੇਖੋ ਫਾਲ ਯਹੀ ਫਾਲ ਹਮਨੇ ਦੇਖਨੇ ਜਾਣਾ ਹੈ ਥੋੜਾ ਸਾ ਪੈਦਲ ਪੈਦਲ ਚਲਣਾ ਪੜੇਗਾ ਫਿਰ ਆਪਕੋ ਫਾਲ ਦਿਖਾਤੇ ਹੈ ਬਹੁਤ ਹੀ ਅੱਛਾ ਹੈ ਬਹੁਤ ਹੀ ਅਤੀ ਸੁੰਦਰ ਹੈ ਅਬ ਮੈਂ ਭਈਆ ਸੇ ਥੋੜੀ ਸੀ ਦੂਰੀ ਬਣਾਏ ਰੱਖੂੰਗਾ ਨਹੀਂ ਯਾਰ ਉਹ ਕਈ ਵੇਲੇ ਨਾ ਬੰਦਾ ਕਨਫਿਊਜ਼ ਰਹਿੰਦਾ ਬੰਦੇ ਨੂੰ ਰਾਹ ਨਹੀਂ ਪਤਾ ਹੁੰਦਾ ਮੈਨੂੰ ਮੇਰੇ ਨਾਲ ਬਹੁਤ ਕੁਛ ਹੁੰਦਾ ਇੱਦਾਂ ਦਾ ਹਾਂ ਹੁਣ ਸਹੀ ਹੁਣ ਕਿਉਂਕਿ ਆਪਾਂ ਉੱਤੇ ਅੱਖਾਂ ਨਾਲ ਫਾਲ ਦੇਖ ਲਿਆ ਹੁਣ ਆਪਾਂ ਇੱਥੋਂ ਲਵਾਂਗੇ ਲੈਫਟ ਮੈਂ ਕਹਿੰਦਾ ਤੁਹਾਨੂੰ ਦਿਨੇ ਦਿਨੇ ਜੋ ਦਿਖਾ ਹੁੰਦਾ ਦਿਖਾ ਦੀਏ ਕਿਉਂਕਿ ਅੱਗੇ ਹੋ ਜਾਣਾ ਹਨੇਰਾ ਫਿਰ ਇੱਥੇ ਤੁਹਾਨੂੰ ਕੁਛ ਦਿਖਾ ਨਹੀਂ ਹੋਣਾ ਉਹ ਯਾਰ ਬ੍ਰੌਨਕੋ ਕਿੰਨਾ ਸੋਹਣਾ ਆ ਬਸ ਉਹਨੇ ਟਾਇਰ ਨਹੀਂ ਵਧੀਆ ਪਾਏ ਨੋ ਅੱਛਾ ਮੇਰੇ ਤੇ ਅੱਛਾ ਉਹ ਭਾਜੀ ਕੀ ਹੋ ਗਿਆ ਅੱਛਾ ਐਰੋ ਵਾਲੀ ਲਾਈਟ ਆ ਓ ਮਾਈ ਗੋਡ ਹਾਈ ਬ੍ਰੋ ਉਹ ਕੈਮਰਾ ਮੇਰੇ ਨੂੰ ਫੜਿਆ ਅੱਛਾ ਉਹ ਹੱਥ ਵੀ ਐ ਮਾਰਦਾ ਸੀ ਓ ਗਾਇਸ ਯਹਾਂ ਪੇ ਹਮ ਜਾ ਰਹੇ ਹਾਂ ਪਹਿਲੀ ਵਾਰ ਮੈਂ ਨਹੀਂ ਇੱਥੇ ਗਿਆ ਕਦੀ ਨਹੀਂ ਤੁਸੀਂ ਗਏ ਮੈਂ ਤਾਂ ਜਾਂਦੀ ਨਹੀਂ ਓ ਅੱਛਾ ਆਪਾਂ ਨੇ ਇੱਥੇ ਥੋੜਾ ਜਿਹਾ ਤੁਰਨਾ ਪੈਣਾ ਆ ਮਾਸਾ ਜਿਹਾ ਸੋ ਗੋਡੇ ਹੁਣ ਤੇਲ ਤੂਲ ਲਾ ਲਓ ਪਹਾੜੀਆਂ ਤੇ ਚੜ੍ਹਨਾ ਆਪਾਂ ਯਾਰ ਆਪਾਂ ਆਹੀ ਪਹਾੜ ਦੇ ਆਲੇ ਦੁਆਲੇ ਘੁੰਮੀ ਜਾਂਦੇ ਵਿਸਲਰ ਤਾਂ ਹਜੇ ਇੱਥੋਂ ਘੰਟੇ ਦੀ ਡਰਾਈਵ ਆ ਹੁਣ ਆਪਾਂ ਤੁਹਾਨੂੰ ਕੋਈ ਦਿਖਾਉਣ ਆਏ ਆ ਸਾਹਮਣੇ
मित्र इत घूम लिया थानू दिखाता है शैनन फॉल हूं आप चलिए इतो हम आप चलिए विस्लन तो उतो अपना 7:30 बजे का शो आ जरा आप देख जा रहे हैं तो देख के फिर आने हूँ इतो घंटे की ड्राइव आज हाँ जी एजल की होया टोपी आई है हेजल थोड़ा जहा खिंच चुकी है वह कहें कितने मैनू घुमाई जाते हैं ठंड बहर जाए खुश है अंदर बह खिज होंगी गड्डी दे चलो भाई मित्रो चलिए हूँ आप अगे बदल रहे हैं बदल रहे पता नहीं कितने जा रहे हैं कहते एक व्यू पॉइंट अजय होर आला आप देखा उस तो बाद फिर देखते हैं किधर नू जाना है मतलब लास्ट तो अपना उही स्टॉप है जो 3:30 होए आ जो अपना शो आगा आ 7:30 बजे का जी 7:30 बजे का 7:30 बजे लेजर शो लेजर शो आ वैलमूमनिया इदा सी ना ही नहीं पता यार अभी फिर भुल गए चेते मैं उदा का टाइटल च लिख ही देना ना पर वाइल नाउ आई एम फॉरगेट गाडर हो माहौल यार यार वो एक राइट हैंड साइड ते व्यू पॉइंट आंदा हुंदा है वो मेरे ख्याल ना यही आ हां अपन नंगे आ आ वाला सीगा भाई इत्थे आए सी असि शैनन फॉल प्रोविंशियल पार्क बीसी पार्क्स ओके लेट्स गो जा भुख लगी आ हुण आपां ना पहला कुछ खाईए लो गाइस थाने दस्या से असि हुण आ वाले रोड ते खा गए फिर थाने दस्या अज ही आई पहाड़ दे आले दोले घूमी जांदे आ आ तां तीजी वारी चौथी वारी दिखाता शायद ते हुण आपां सिद्धे ही जाणा हुण आपां टप जावांगे की इहदा नां आ स्कॉमिश स्कॉमिश पर किन्ना वधिया लग रहा है ना शायद देखती भी होवे कैमरे दे विच ब्यूटीफुल अज भी अज का सारा ब्लॉग नेहा दे फोन ना रिकॉर्ड होया सच्ची इन्ने घैंट च रिकॉर्डिंग होंदी है दबण वाला आए फोन ओके नाउ वी आर टर्निंग लेफ्ट ओके